ਦੁਕਾਨ ਦੇ ਬਾਹਰ ਖੜੀ ਇੱਕ ਸਵਿਫਟ ਗੱਡੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਦੋ ਚੋਰਾਂ ਦੇ ਵੱਲੋਂ ਅੱਧੀ ਰਾਤ ਨੂੰ ਇਸ ਕਾਰ ਨੂੰ ਚੋਰੀ ਕੀਤਾ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਗੱਡੀ ਦੇ ਕੋਲ ਕੁਝ ਚੋਰ ਜੋ ਹੈ ਉਹ ਨਜ਼ਰ ਆ ਰਹੇ ਨੇ, ਹਾਲਾਂਕਿ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਗੱਡੀ ਦੀ ਖਿੜਕੀ ਖੋਲ ਕੇ ਉਸਦੇ ਅੰਦਰ ਬੈਠ ਜਾਂਦੇ ਨੇ ਤੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਗੱਡੀ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਭਰੇ ਮਨ ਦੇ ਨਾਲ ਦੁਕਾਨਦਾਰ ਨੇ ਆਪਣੀ ਸਾਰੀ ਇਹ ਕਹਾਣੀ ਦੱਸੀ ਹੈ ਕਿ ਰਾਤ ਨੂੰ ਉਹ ਗੱਡੀ ਖੜਾ ਕੇ ਜਦੋਂ ਇੱਥੇ ਗਿਆ ਤਾਂ ਸਵੇਰੇ 5 ਵਜੇ ਆ ਕੇ ਜਦੋਂ ਦੇਖਿਆ ਤਾਂ ਗੱਡੀ ਉੱਥੇ ਨਹੀਂ ਸੀ ਤਾਂ ਜਦੋਂ ਉਸਨੇ ਆਲੇ ਦੁਆਲੇ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਤਾਂ ਉਸਦੇ ਵਿੱਚ ਸਾਫ਼ ਪਤਾ ਲੱਗ ਰਿਹਾ ਕਿ ਦੋ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸਵਿਫਟ ਗੱਡੀ ਦੁਕਾਨ ਦੇ ਬਾਹਰ ਖੜੀ ਸੀ ਜੋ ਕਿ ਹੁਣ ਚੋਰੀ ਹੋ ਗਈ ਹੈ। ਆਪਣੀ ਮਿਹਨਤ ਦੇ ਪੈਸਿਆਂ ਦੇ ਨਾਲ ਇਹ ਗੱਡੀ ਖਰੀਦੀ ਸੀ ਤੇ ਹੁਣ ਭਰੇ ਮਨ ਦੇ ਨਾਲ ਉਸਨੇ ਆਪਣੀ ਇਹ ਸਾਰੀ ਕਹਾਣੀ ਦੱਸੀ ਹੈ। ਤਾਂ ਦੱਸ ਦਈਏ ਕਿ ਫਿਲੌਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਵੀਂ ਸਵਿਫਟ ਗੱਡੀ ਚੋਰੀ ਕਰ ਲਈ ਹੈ। ਇਹ ਗੱਡੀ ਆਪਣੀ ਰਾਤੀ ਚੋਰੀ ਹੋਈ ਜੀ। ਅੱਛਾ ਜੀ। ਇਹ ਹੋਈ ਆਪਣੇ ਕੋਈ 1 ਵਜੇ ਜਦੋਂ ਸਵੇਰੇ 5:30 ਦੁਕਾਨ ਤੇ ਆਇਆ ਨਾ ਤੇ ਗੱਡੀ ਨੀ ਦਿਖੀ। ਅੱਛਾ ਜੀ। ਕਰੋ ਕੈਮਰੇ ਚੈੱਕ। ਅੱਛਾ ਜੀ। ਹਾਂਜੀ। ਤੇ ਕੀ ਕਿਦਾਂ ਦਾ ਕੈਮਰੇ ਕੀ ਆਇਆ? ਕੈਮਰੇ ਚ ਆਏ ਦੋ ਬੰਦੇ ਆਏ ਆ, ਦੇਈ ਦਾ ਪੱਲੇ ਇੱਕੋ ਹੀ ਹੈਗਾ ਆ, ਉਹਨੇ ਆਰ ਕੇ ਦੋਨੇ ਤਾਰਾਂ ਕੱਟੀਆਂ ਖੰਭਿਆਂ ਦੀਆਂ। ਅੱਛਾ ਜੀ। ਸਾਹਮਣੇ ਖੰਭੇ ਆ ਕਮੇਟੀ ਦੇ, ਤਾਰਾਂ ਕੱਟ ਕੇ ਤੇ ਫੇਰ ਆਪਣੇ ਉਹ ਗੱਡੀ ਦੇ ਕੋਲ ਜਾ ਕੇ ਇਹਨਾਂ ਨੇ ਆਪਣੇ ਸ਼ੁਰੂ ਕੀਤਾ ਬੈਗ, ਕਿੰਨੇ 10-15 ਮਿੰਟ ਲਾਏ ਉਹਨਾਂ ਨੇ ਤੇ ਲੋਕ ਪਤਾ ਨੀ ਕਿਸ ਹਿਸਾਬ ਨਾਲ ਖੋਲਿਆ ਉਹ, ਖੋਲ ਕੇ ਤੇ ਗੱਡੀ ਕੱਢ ਕੇ ਲੈ ਗਏ ਉਹ। ਮਗਰ ਗੱਡੀ ਸਵਿਫਟ ਗੱਡੀ ਕੰਪਲੇਂਟ ਆਈ ਆ ਅਜੇ ਕੁਮਾਰ ਸਾਨਾ ਮਹਿੰਦਰਪਾਲ ਵਾਸੀ ਕਿਲਾ ਰੋਡ ਫਲੋਰ ਕਿ ਉਹਨਾਂ ਦੀ ਗੱਡੀ ਸਵਿਫਟ ਮਾਰਕਾ 2019 ਇਹ ਘਰ ਦੇ ਬਾਹਰ ਰੋਡ ਤੇ ਖੜੀ ਹੁੰਦੀ ਹੈ ਤੇ ਰਾਤ ਕੋਈ 12-1 ਦੇ ਕਰੀਬ ਆਣ ਕੇ ਕੋਈ ਦੋ ਅਣਪਛਾਤੇ ਵਿਅਕਤੀ ਆ ਜਿਹੜੇ ਗੱਡੀ ਨੂੰ ਚੋਰੀ ਕਰਕੇ ਲੈ ਗਏ। ਉਹਦੀ ਸੀਸੀਟੀਵੀ ਫੁਟੇਜ ਜਿਹੜੀ ਆ ਕੰਘਾਲਣ ਡਏ ਆ ਤੇ ਪਤਾ ਲੱਗਣ ਤੇ ਜੋ ਵੀ ਆ ਉਹਨਾਂ ਦੇ ਖਿਲਾਫ਼ ਚੋਰਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰਕੇ ਗੱਡੀ ਬਰਾਮਦ ਕੀਤੀ ਜਾਵੇਗੀ।